ਸਵੇਰ ਦੀ ਕੀ ਪਹਿਲਾਂ ਤਾਂ ਤੁਹਾਨੂੰ ਨਮਸਕਾਰ, ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕੁਮ। ਸਵੇਰ ਦੀ ਇੱਕ ਫਰਮਾਇਸ਼ ਆ ਗਈ ਸੀ ਵੀ, ਵੈਸੇ ਮੈਨੂੰ ਕੋਈ ਇਹ ਵਧੀਆ ਗੱਲ ਤਾਂ ਲੱਗਦੀ ਨਹੀਂ ਵੀ ਸੂਟਾਂ ਦੀ ਫਰਮਾਇਸ਼ ਲਗਾਈ ਜਾਵੇ, ਨੁਮਾਇਸ਼ ਲਗਾਈ ਜਾਵੇ, ਫਰਮਾਇਸ਼ ਨਹੀਂ ਨੁਮਾਇਸ਼ ਲਗਾਈ ਜਾਵੇ, ਪਰ ਬਹੁਤ ਲੋਕ ਮੰਗਦੇ ਆ। ਮੈਂ ਤਾਂ ਬਹੁਤ ਸਿੰਪਲ ਵਾਲੇ ਸੂਟ ਪਾਉਂਦੀ ਹਾਂ, ਅਤੇ ਇਹ ਦੇਖੋ ਜੀ, ਇਹ ਸੂਟ ਜਿਹੜਾ ਮੇਰਾ ਹੈਗਾ ਨਾ, ਇਹ ਹੈਗਾ 2019 ਦਾ। 2019 'ਚ ਇਹ ਸੂਟ ਮੈਂ ਲਿਆ ਸੀਗਾ ਲਾਹੌਰ ਤੋਂ, ਅਸੀਂ ਗਏ ਸੀ ਅਤੇ ਜਦੋਂ ਉੱਥੋਂ ਪਰਚੇਜ਼ਿੰਗ ਕੀਤੀ ਤਾਂ ਉਦੋਂ ਨਾ ਇੱਥੇ ਇੰਡੀਆ ਵਿੱਚ ਇੰਨੀ ਇਹ ਵਾਲਾ ਸਟੱਫ ਮਿਲਦਾ ਨਹੀਂ ਸੀ ਹੁੰਦਾ। ਇਹ ਸੀ ਹੈਗਾ ਸਾਂਟਨ, ਪਿਓਰ ਸਾਂਟਨ ਦੁਪੱਟਾ ਅਤੇ ਇਹ ਸ਼ਰਟ ਦਾ ਕੱਪੜਾ, ਇਹਦੇ ਨਾਲ ਸਲਵਾਰ ਪੈਂਟ ਕੁਛ ਨਹੀਂ ਸੀਗਾ। ਅਤੇ ਮੈਂ ਇਹ ਕੱਪੜਾ ਜਿਹੜਾ ਲਿਆ ਅਤੇ ਫਿਰ ਇਹ ਦੁਪੱਟਾ ਨਿਕਲਿਆ ਛੋਟਾ, ਉਹ ਪਾਕਿਸਤਾਨ 'ਚ ਨਾ ਸਿਰ 'ਤੇ ਲੈਂਦੀਆਂ ਨੇ ਅਤੇ ਬਹੁਤ ਲੰਬੇ ਦੁਪੱਟੇ ਨਹੀਂ ਹੁੰਦੇ, 2 ਮੀਟਰ ਵਾਲੇ ਦੁਪੱਟੇ ਹੁੰਦੇ ਨੇ, ਆਪਾਂ 2.5 ਸਵਾ 2। ਅਤੇ ਫਿਰ ਮੈਂ ਉਹਨੂੰ ਆਖਿਆ ਕੁੜੀ ਨੂੰ, ਮੈਂ ਕਿਹਾ ਇਹਨੂੰ ਨਾ ਥੋੜ੍ਹਾ ਲੰਬਾ ਕਰਨ ਵਾਸਤੇ ਇਹਦਾ ਕੁਛ ਡਿਜ਼ਾਇਨ ਬਣਾਓ, ਤਾਂ ਉਸਨੇ ਨਾ ਇਹ ਲਗਾ ਦਿੱਤਾ ਲੰਬਾ ਕਰਨ ਵਾਸਤੇ। ਫਿਰ ਮੈਂ ਕਿਹਾ ਵੀ ਮੈਂ ਇਹਨੂੰ ਰੈੱਡ ਨਾਲ ਪਾਉਣਾ ਚਾਹੁੰਦੀ ਹਾਂ, ਅਤੇ ਉਸਨੇ ਇੱਕ ਰੈੱਡ ਫਲਾਰ ਬਣਾ ਦਿੱਤਾ। ਫਿਰ ਅਸੀਂ ਆਹ ਚੁੰਨੀ ਜਿਹੜੀ ਸੀਗੀ ਇਹਦਾ ਜਿਹੜਾ ਇਹ ਇੱਥੇ ਲਵਾ ਲਏ। ਇੱਦਾਂ ਕਰਕੇ ਸੂਟਾਂ ਦੀ ਕੀ ਕਹਾਣੀ ਹੈ, ਸੂਟ ਤਾਂ ਬਸ ਆਂਟੀ ਦੇ ਬਿਲਕੁਲ ਸਿੰਪਲ ਹੁੰਦੇ ਨੇ, ਪਰ ਤੁਸੀਂ ਮੰਗਦੇ ਹੋ ਅਤੇ ਫਿਰ ਮੈਨੂੰ ਨਾ ਦਿਆ ਤਾਂ ਮੈਨੂੰ ਬੁਰਾ ਲੱਗਦਾ, ਅਤੇ ਮੈਂ ਇਸ ਕਰਕੇ ਤੁਹਾਨੂੰ ਦਿਖਾ ਦਿੱਤਾ। ਤੁਸੀਂ ਕਿਹਾ ਫੁੱਲ ਸੂਟ ਦਿਖਾਓ, ਇਹਦੇ ਨਾਲ ਮੈਂ ਰੈੱਡ ਪੈਂਟ ਸਵਾਈ ਹੋਈ ਹੈ, ਰੈੱਡ ਮੇਰੇ ਕੋਲ ਸਲਵਾਰ ਵੀ ਹੈਗੀ ਹੈ, ਵੈਸੇ ਇਹਨੂੰ ਕਦੀ ਕਦਾਈ ਮੈਂ ਵਾਈਟ ਨਾਲ ਵੀ ਪਾ ਲੈਂਦੀ ਹਾਂ। ਬਹੁਤਾ ਇਹ ਸੂਟ ਮੈਂ ਸਿਰ 'ਤੇ ਦੀ ਨਾ, ਜਿਹੜੀਆਂ ਇਹ ਪਾਕਿਸਤਾਨ ਵਾਲੇ ਸੂਟ ਹੁੰਦੇ ਨਾ, ਉਹਦੀ ਖਾਸੀਅਤ ਇਹ ਹੁੰਦੀ ਹੈ ਵੀ ਇਹ ਸਿਰ 'ਤੇ ਚੁੰਨੀ ਇਹਨਾਂ ਦੀ ਟਿੱਕਦੀ ਹੈ, ਆਪਣੀਆਂ ਚੁੰਨੀਆਂ ਫਿਸਲਦੀਆਂ ਰਹਿੰਦੀਆਂ ਨਾ ਜਦ ਤੱਕ ਪਿਓਰ ਨਾ ਹੋਵੇ, ਇਹ ਵੀ ਪਿਓਰ ਹੈ ਨਾ ਤਾਂ ਕਰਕੇ ਇਹ ਟਿੱਕਦੀ ਹੈ। ਅਤੇ ਇਹ ਮੈਂ ਗੁਰਦੁਆਰੇ ਜਾਣਾ ਹੋਵੇ ਜਾਂ ਕੁਛ ਐਸੀ ਥਾਂ 'ਤੇ ਜਾਣਾ ਹੋਵੇ ਜਿੱਥੇ ਮੈਨੂੰ ਸਿਰ 'ਤੇ ਚੁੰਨੀ ਚਾਹੀਦੀ ਹੈ, ਤਾਂ ਮੈਂ ਇਹ ਸੂਟ ਪ੍ਰੈਫਰ ਕਰਦੀ ਹੁੰਦੀ ਹਾਂ। ਥੋੜ੍ਹਾ ਜਿਹਾ ਰੈੱਡ ਕਲਰ ਕਰਕੇ ਕਈ ਵਾਰੀ ਇੰਝ ਹੁੰਦਾ, ਪਰ ਅੱਜ ਕੱਲ੍ਹ ਤਾਂ ਸਭ ਚੱਲਦਾ ਹੈ, ਸਭ ਚੱਲਦਾ ਹੈ। ਅਤੇ ਇਹਦੇ ਨਾਲ ਜੂਲਰੀ ਸੈੱਟ ਕਰਨੀ ਵੀ ਔਖੀ ਨਹੀਂ ਹੁੰਦੀ, ਕਾਲੀ ਚਿੱਟੀ ਲਾਲ ਸਾਰੀ। ਜਿੱਥੋਂ ਤੱਕ ਗੱਲ ਕਰਾਂ ਮੈਂ ਇਸ ਕੜੇ ਦੀ, ਤਾਂ ਕੜਾ ਜਿਹੜਾ ਜੇ ਮੈਂ ਐਬਨੀ ਤੋਂ, ਵੈਸੇ ਨਾਗੇ ਦੇ ਨਿਕਲ ਗਏ ਜੇ, ਐਬਨੀ ਤੋਂ ਅੱਜ ਤੋਂ 15-20 ਸਾਲ ਪਹਿਲਾਂ ਲਿਆ ਸੀਗਾ, ਇਹਦਾ ਇਹ ਚਾਂਦੀ ਦਾ ਅਤੇ ਰੰਗ ਰੂਪ ਨਹੀਂ ਇਹਦਾ ਖਰਾਬ ਹੋਇਆ, ਨੰਗ ਜ਼ਰੂਰ ਨਿਕਲ ਗਿਆ, ਇਹਦੀ ਗਰੰਟੀ ਗਰੁੰਟੀ ਸੀ ਬਾਹਰ ਦਾ ਸੀਗਾ। ਚਲੋ ਫਿਰ ਇਹ ਸੂਟ ਦੀ ਕਹਾਣੀ ਸੀਗੀ, ਰੋਜ਼ ਤੁਹਾਨੂੰ ਜੇ ਕੋਈ ਚੰਗਾ ਸੂਟ ਪਾਵਾਂਗੀ ਤਾਂ ਦਿਖਾ ਦਾਂਗੀ, ਕੋਈ ਗੱਲ ਨਹੀਂ, ਤੁਸੀਂ ਮੰਗਦੇ ਹੋ ਅਤੇ ਮੇਰਾ ਦੇਣਾ ਫਰਜ਼। ਸ਼ੁਕਰੀਆ, ਮਿਹਰਬਾਨੀ, ਲਵ ਯੂ।